वैगुरु जी, देखे जाता अजकल जो बच्चे है काफी ज्यादा नशियां से खचित हो रहे हैं, उस बारे तो डाकी कहना। देखो जी, असल दे विच पता की होंदा है, जिहड़े अपना हुण गुआंढियां दा बच्चा अगर नशे कर रहा है ते उन्हों देख लिया नाल दिया ने, वो पता की कहणगे, यार साडा मुंडा थोड़ी है सानू की। जदों असी यह चीज सोचते हैं कि सानू की, वो जिहड़ी जगह ते गुआंढियां दा बच्चा खड़ा, कल नू उस जगह दे उत्ते, उस पौड़ी दे उत्ते साडा बच्चा भी हो सकता है। असी उस चीज नू असी कदे नोटिस नहीं करते, असी सिर्फ इन्नी गल देखते हाँ कि आ बच्चा जिहड़ा आ गुआंढियां दा, इहदे नाल साडा कोई लैण देण नहीं, वो भावें जिथे मर्जी जावे। वो ते फिर उस जगह ते उन्हां नूं की करना चाहिए? वेखो जी, उस जगह ते सीधी जी गल है कि जे वो अपने बच्चे नूं पहले बचाना चाहते ने ते सब तो पहले उन्हें गुआंढियां दा बच्चा बचाना पड़ेगा, कि एदे मापिया नूं दस्या जावे, इहनूं सही रस्ते ते लिआंदा जावे, तां कि एदी संगत नाल रल के किते साडा बच्चा ना खराब हो जावे। हुण गुआंढियां दी कुड़ी भज गई किसे मुंडे दे नाल ते असी वेख लिया कि हाँ वो लड़की जिहड़ी है गलत संगत दे विच पै गई, असी कहने लै साडी कुड़ी थोड़ी है, साडी कुड़ी ते इदां दी है नहीं, बहिंदी ते उसे दी संगत दे विच ही है ना। जे असीं अपनी बच्ची नूं बचाना चाहुंदे हां ते सब तो पहले सानूं गुआंढियां दे बच्चियां दे ख्याल रखना पएगा, सानूं यह समझना पएगा कि साडे अपने ने। मैं एक गल तुहाडे को पुछना चाहूंगा कि तुहाडे घर दे ने तुहाडी तरबियत किदां दी कीती जी? देखो जी, साडी जिहड़ी पालना पोषणा हुई है बड़ी खिच के हुई है, सानूं कदे भी किसे भी ऑपोजिट ਦੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਕਿਸੇ ਹੱਦ ਤੱਕ ਉਹ ਉਸ ਟਾਈਮ ਦੇ ਉੱਤੇ ਠੀਕ ਸੀ, ਪਰ ਅੱਜ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਨੂੰ ਤੁਸੀਂ ਰੋਕ ਨਹੀਂ ਸਕਦੇ। ਅਗਰ ਤੁਸੀਂ ਅੱਜ ਬੱਚਿਆਂ ਨੂੰ ਤੁਸੀਂ ਰੋਕਦੇ ਹੋ ਕਿ ਮੁੰਡਿਆਂ ਨੂੰ ਰੋਕਦੇ ਹੋ ਕੁੜੀਆਂ ਨਾਲ ਗੱਲ ਨਾ ਕਰੋ, ਕੁੜੀਆਂ ਨੂੰ ਰੋਕਦੇ ਹੋ ਮੁੰਡਿਆਂ ਨਾਲ ਗੱਲ ਨਾ ਕਰੋ, ਤੇ ਉਹਦੇ ਵਿੱਚ ਬੱਚੇ ਬਾਗੀ ਹੋ ਜਾਣਗੇ। ਉਹਨਾਂ ਨੂੰ ਇਹ ਦੱਸਣਾ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦਾ ਰਸਤਾ ਕੀ ਹੈ, ਉਹਨਾਂ ਕੋਲ ਗੁਰੂ ਸਾਹਿਬ ਕੀ ਚਾਹੁੰਦੇ ਨੇ। ਗੱਲ ਫਿਰ ਘੁੰਮ ਫਿਰ ਕੇ ਉੱਥੇ ਹੀ ਆਉਣੀ ਹੈ ਕਿ ਜੇ ਤੁਸੀਂ ਆਪਣੇ ਸੰਸਕਾਰ ਉਹਨਾਂ ਨੂੰ ਚੰਗੇ ਦਿਓ, ਕਿ ਸੰਸਕਾਰ ਕਿੱਥੋਂ ਮਿਲਣੇ ਨੇ, ਬਾਣੀ ਤੋਂ, ਬਾਣੀ ਕਿੱਥੋਂ ਮਿਲਣੀ ਹੈ, ਗੁਰੂ ਨਾਨਕ ਤੋਂ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜੋਗੇ ਤੇ ਗੱਡੀ ਚੱਲਣੀ, ਜਾਂ ਨਹੀਂ ਤੇ ਸਭ ਕੁਝ। ਤੇ ਤੁਸੀਂ ਜਿਹੜੇ ਅੱਜ ਕੱਲ੍ਹ ਦੇ ਮਾਪਿਆਂ ਨੇ ਜਿਹੜੇ ਜਿਨ੍ਹਾਂ ਨੇ ਬੱਚਿਆਂ ਨੂੰ ਕਾਫੀ ਖੋਲ ਦਿੱਤੀ ਹੋਈ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਭ ਤੋਂ ਪਹਿਲੇ ਜਿਹੜੀ ਮਾਪਿਆਂ ਨੇ ਖੁੱਲ੍ਹ ਦਿੱਤੀ ਹੋਈ ਨਾ, ਉਹ ਪੈਸੇ ਬਹੁਤ ਜ਼ਿਆਦਾ ਦੇ ਦੇਣੀ, ਪੋਕਟ ਮਨੀ ਬਹੁਤ ਜ਼ਿਆਦਾ ਦੇ ਦੇਣੀ। ਦੇਖੋ ਜੀ, ਜਦੋਂ ਇੱਕ ਲਿਮਿਟ ਤੋਂ ਬਾਹਰ ਬੱਚਿਆਂ ਨੂੰ ਪੋਕਟ ਮਨੀ ਦਿਓਗੇ, ਲਿਮਿਟ ਤੋਂ ਬਾਅਦ ਜ਼ਿਆਦਾ ਖੁੱਲ੍ਹ ਦਿਓਗੇ, ਤੇ ਉਹਦੇ ਬੱਚੇ ਮਿਸਯੂਜ਼ ਕਰਦੇ ਕਰਦੇ ਆ। ਉਹ ਬੱਚਿਆਂ ਨੂੰ ਮੈਂ ਨਸ਼ਿਆਂ ਵੱਲ ਵੀ ਤੁਰਦੇ ਵੇਖਿਆ ਕਿ ਜਿਹੜੇ ਬੱਚਿਆਂ ਨੂੰ ਜ਼ਿਆਦਾ ਪੋਕਟ ਮਨੀ ਮਿਲਦੀ ਸੀ ਜਾਂ ਜ਼ਿਆਦਾ ਖੁੱਲ੍ਹ ਮਿਲੀ, ਉਹ ਬੱਚਿਆਂ ਨੂੰ ਮੈਂ ਗਲਤ ਸੰਗਤ ਵਿੱਚ ਵੀ ਬੈਠਦੇ ਵੇਖਿਆ। ਉਹਨਾਂ ਬੱਚਿਆਂ ਨੂੰ ਮੈਂ ਤੇ ਇਹ ਕਹਾਂਗਾ ਕਿ ਮੈਂ ਉਹਨਾਂ ਸਰਦਾਰ ਬੱਚਿਆਂ ਨੂੰ ਵੀ ਮੈਂ ਹੁੱਕੇ ਪੀਂਦੇ ਦੇਖਿਆ, ਵੀ ਜਿਹੜੇ ਕਿ ਆਪਣੇ ਮਾਂ ਪਿਓ ਦੇ ਬੜੇ ਸਰਵਣ ਬੱਚੇ ਬਣ ਕੇ ਰਹਿੰਦੇ ਨੇ, ਆਪਣੀ ਲੋਕੈਲਿਟੀ ਦੇ ਵਿੱਚ ਉਹਨਾਂ ਨੂੰ ਕੋਈ ਉਂਗਲ ਵੀ ਨਹੀਂ ਕਰਦਾ, ਨਹੀਂ ਇਹ ਬੱਚੇ ਬਹੁਤ ਸਾਊ ਨੇ, ਮੈਂ ਉਹਨਾਂ ਨੂੰ ਵੀ ਵਿਗੜਦੇ ਵੇਖਿਆ। ਕਾਰਨ ਕੀ ਹੈ ਕਿ ਨਾ ਮਾਂ ਪਿਓ ਕੋਲ ਟਾਈਮ ਹੈਗਾ, ਮਾਂ ਪਿਓ ਕੋਲ ਮੰਗਿਆ 5,000, ਮਾਂ ਪਿਓ ਨੇ ਦੇ ਦਿੱਤਾ 7,000, ਮੰਗਿਆ 7,000 ਦੇ ਦਿੱਤਾ, ਜਦਕਿ ਬੱਚੇ ਦਾ ਇੰਨਾ ਖਰਚਾ ਨਹੀਂ ਹੁੰਦਾ। ਮਾਂ ਪਿਓ ਨੂੰ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਬੱਚਾ ਪੈਸੇ ਕਿੱਥੇ ਖਰਚ ਰਿਹਾ, ਕਿਵੇਂ ਖਰਚ ਰਿਹਾ, ਕਿਹੜੀ ਸੰਗਤ ਵਿੱਚ ਜਾ ਰਿਹਾ। ਘੱਟੋ ਘੱਟ ਥੋੜਾ ਜਿਹਾ ਨਿਗਾਹ ਰੱਖੋਗੇ ਤੇ ਤਾਂ ਹੀ ਬੱਚੇ ਤੁਹਾਡੇ ਬਚ ਸਕਦੇ ਨੇ। ਵੀ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਵੀ ਹੱਦ ਤੱਕ ਵੀ ਯਾਰਾਂ ਦੋਸਤਾਂ ਦਾ ਵੀ ਵਿਜੇ ਥੋੜਾ ਹੁੰਦਾ ਹੈ ਕਿ ਬੱਚੇ ਨੂੰ ਵਿਗਾੜਨ 'ਚ? ਦੇਖੋ ਜੀ, ਪੂਰਾ ਪੂਰਾ ਰੋਲ ਜਿਹੜਾ ਸੰਗਤ ਦਾ ਆ, ਮੈਂ ਤੇ ਇਹ ਗੱਲ ਕਹਾਂਗਾ, ਜ਼ਰੂਰੀ ਨਹੀਂ ਕਿ ਯਾਰੀ ਦੋਸਤੀ ਚੰਗੀ ਵੀ ਹੁੰਦੀ ਹੈ, ਗੱਲ ਨਹੀਂ ਕਿ ਸਾਰੇ ਯਾਰ ਦੋਸਤ ਮਾੜੇ ਹੀ ਨੇ, ਯਾਰ ਦੋਸਤ ਚੰਗੇ ਵੀ ਨੇ। ਹੁਣ ਆਪਾਂ ਵੀ ਯਾਰੀ ਦੋਸਤੀ ਦੇ ਵਿੱਚੋਂ ਲੰਘੇ ਹਾਂ, ਸਾਰੇ ਯਾਰ ਦੋਸਤ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ, ਦੋਵੇਂ ਤਰ੍ਹਾਂ ਦੀ ਯਾਰੀ ਦੋਸਤੀ ਹੁੰਦੀ ਹੈ। ਹਾਂ, ਮਾੜਿਆਂ ਨੂੰ ਅਗਰ ਤੁਹਾਨੂੰ ਫਿਲਟਰ ਕਰਨਾ ਆਉਂਦਾ ਹੈ, ਹੁਣ ਬੱਚਾ ਕੱਚੀ ਮਿੱਟੀ ਹੈ, ਉਹ ਫਿਲਟਰ ਕਰੇਗਾ ਕਿ ਹਾਂ ਮਾੜਿਆਂ ਨੂੰ ਇੱਕ ਸਾਈਡ ਤੇ ਕਰਤਾ, ਚੰਗਿਆਂ ਨੂੰ ਇੱਕ ਸਾਈਡ ਤੇ ਕਰਤਾ, ਜਿਹੜੇ ਪਾਸੇ ਉਹਦੀ ਸੰਗਤ ਜ਼ਿਆਦਾ ਜਾਏਗੀ ਉਹ ਉਹੋ ਜਿਹਾ ਬਣਦਾ ਚਲਾ ਜਾਏਗਾ। ਕਈ ਇਹੋ ਜਿਹੇ ਬੱਚੇ ਵੀ ਹੁੰਦੇ ਨੇ ਜਿਹੜੇ ਚੰਗੇ ਹੁੰਦੇ ਨੇ, ਜਿਨ੍ਹਾਂ ਦੇ ਮਾਂ ਪਿਓ ਦੇ ਸੰਸਕਾਰ ਚੰਗੇ ਨੇ, ਮਾਂ ਪਿਓ ਨੇ ਉਹਨਾਂ ਨੂੰ ਚੰਗੇ ਸੰਸਕਾਰ ਦਿੱਤੇ ਨੇ, ਉਹ ਬੱਚਿਆਂ ਦਾ ਰਸਤਾ ਜਿਹੜਾ ਉਹ ਚੰਗਾ ਹੁੰਦਾ। ਉਹ ਬੱਚੇ ਅਗਰ ਖੱਬੇ ਸੱਜੇ ਨਿਕਲਦੇ ਵੀ ਨੇ ਤੇ ਉਹ ਜਾ ਕੇ ਦਰਬਾਰ ਸਾਹਿਬ ਸ਼ਹੀਦਾਂ ਜਾ ਕੇ ਕੀਰਤਨ ਸੁਣਦੇ ਨੇ ਜਾਂ ਸੇਵਾ ਕਰਦੇ ਨੇ, ਉਹਦੇ ਵਿੱਚ ਰਹਿੰਦੇ ਨੇ। ਜੇ ਉਹ ਸਕੂਲੋਂ ਛੁੱਟੀਆਂ ਵੀ ਮਾਰਦੇ ਨੇ, ਕਿਸੇ ਵੇਲੇ ਸਕੂਲ ਜਾਣ ਨੂੰ ਬੱਚੇ ਦਾ ਮਨ ਨਹੀਂ ਕੀਤਾ ਵੀ ਅੱਜ ਪੇਪਰ ਹੈਗਾ ਮੈਨੂੰ ਆਉਂਦਾ ਜਾਂਦਾ ਕੁਛ ਨਹੀਂ ਤੇ ਚੱਲ ਮੈਂ ਅੱਜ ਛੁੱਟੀ ਮਾਰ ਲੈਣਾ ਮਾਪਿਆਂ ਨੂੰ ਬਗੈਰ ਦੱਸਿਆ, ਤੇ ਉਹ ਗਲਤ ਪਾਸੇ ਨਹੀਂ ਜਾ ਰਹੇ, ਉਹ ਜਾ ਰਹੇ ਕਿੱਥੇ, ਚੱਲ ਮੈਂ ਜਦ ਸ਼ਹੀਦਾਂ ਸਾਹਿਬ ਜਾ ਕੇ ਸੇਵਾ ਕਰ ਲਵਾਂ, ਅੱਜ ਗੁਰਦੁਆਰਾ ਸਾਹਿਬ ਜਾ ਕੇ ਮੈਂ ਜੋੜਿਆਂ ਦੀ ਸੇਵਾ ਕਰ ਲਵਾਂ, ਤੇ ਉਹ ਸੰਗਤ ਜਿਹੜੀ ਇਹਦਾ ਮਤਲਬ ਕੀ ਹੈ ਕਿ ਉਹਦੇ ਮਾਪਿਓ ਦੇ ਸੰਸਕਾਰ ਚੰਗੇ ਨੇ। ਤੇ ਜੇ ਉਹ ਹੀ ਬੱਚਾ ਜਿਹੜਾ ਉਹ ਗਲਤ ਪਾਸੇ ਜਾ ਰਿਹਾ, ਕਿਤੇ ਨਸ਼ਿਆਂ ਦੀ ਉਹਦੇ ਸੰਗਤ ਵਿੱਚ ਬੈਠ ਰਿਹਾ, ਤੇ ਸਿੱਧੀ ਜੀ ਗੱਲ ਹੈ ਜੀ, ਉਹ ਫਿਰ ਮਾੜੀ ਸੰਗਤ। ਦੇਖਿਆ ਜਾਵੇ ਤੇ ਬੱਚੇ ਅੱਧਾ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਪੀੜ੍ਹੀ ਹੈ ਅੱਧੇ ਤੋਂ ਜ਼ਿਆਦਾ ਟਾਈਮ ਆਪਣੇ ਸਕੂਲਾਂ ਕਾਲਜਾਂ ਵਿੱਚ ਬਿਤਾਉਂਦੀ ਹੈ।
ਤੁਹਾਨੂੰ ਕੀ ਲੱਗਦਾ ਉੱਥੋਂ ਵੀ ਥੋੜਾ ਬਹੁਤਾ ਉਹਨਾਂ ਨੂੰ ਇੰਪੈਕਟ ਪੈਂਦਾ ਇਸ ਚੀਜ਼ ਬਾਰੇ? ਬਹੁਤ ਜ਼ਿਆਦਾ ਇੰਪੈਕਟ ਪੈਂਦਾ ਹੈ ਜੀ। ਜੋ ਬੱਚੇ ਨੂੰ ਮਾਂ ਸਿਖਾ ਸਕਦੀ ਹੈ ਜੀ ਉਹ ਪਿਓ ਨਹੀਂ ਸਿਖਾ ਸਕਦਾ, ਜੀ ਤੇ ਜੋ ਬੱਚਾ ਸਕੂਲ ਤੋਂ ਸਿੱਖਦਾ ਹੈ ਸ਼ਾਇਦ ਉਹ ਮਾਂ ਵੀ ਨਾ ਸਿਖਾ ਸਕੇ। ਇਹ ਚੀਜ਼ਾਂ ਬਹੁਤ ਫਰਕ ਪੈਂਦਾ ਹੈ। ਹੁਣ ਉੱਥੇ ਜਿਹੜੇ ਟੀਚਰਸ ਨੇ ਉਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਟ੍ਰੀਟ ਕਰਦੇ ਨੇ। ਦੋ ਤਰੀਕੇ ਦੇ ਟੀਚਰਸ ਹੁੰਦੇ ਨੇ, ਇੱਕ ਜਿਹੜੇ ਪਹਿਲਾਂ ਟੀਚਰਸ ਹੁੰਦੇ ਸੀਗੇ ਵੀ ਉਹ ਜਿਹੜੇ ਕਲਾਸਰੂਮ ਦੇ ਵਿੱਚ ਜਿੰਨੇ ਬੱਚੇ ਨੇ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਕਰਦੇ ਸੀ, ਇੱਕ ਇੱਕ ਦਾ ਧਿਆਨ ਰੱਖਦੇ ਸੀ ਕਿ ਕਿਤੇ ਗਲਤ ਪਾਸੇ ਨਾ ਜਾਵੇ, ਕੋਈ ਗਲਤ ਕੰਮ ਨਾ ਕਰੇ, ਕੋਈ ਗਲਤ ਹਰਕਤ ਨਾ ਕਰੇ। ਤੇ ਉਹ ਚੀਜ਼ ਜਿਹੜੀ ਹੈ ਹੁਣ ਅੱਜ ਉਹ ਕੁਛ ਕੁਛ ਹੱਦ ਤੱਕ ਜਿਹੜੀ ਨਾ ਪਿੱਛੇ ਪੈਂਦੀ ਜਾ ਰਹੀ, ਕਿਉਂਕਿ ਟੀਚਰਸ ਅਗਰ ਆਪਣਾ ਬੱਚਾ ਸਮਝਣਾ ਵੀ ਚਾਹਣ ਤੇ ਅਗਲੇ ਪਾਸੇ ਬੱਚਾ ਹੀ ਜਦੋਂ ਟੀਚਰ ਨੂੰ ਫਾਲਤੂ ਬੋਲੇਗਾ ਤੇ ਟੀਚਰ ਵੀ ਕਹੇਗੀ ਕਿ ਨਹੀਂ ਭਾਈ ਤੇਰੇ ਨਾਲ ਮੈਂ ਕੋਈ ਗੱਲ ਹੀ ਨਹੀਂ ਕਰਨੀ, ਠੀਕ ਹੈ ਮੈਂ ਕਾਪੀ ਚੈੱਕ ਕਰਤੀ, ਦੈਟਸ ਆਲ, ਮੈਂ ਕੰਮ ਦਿੱਤਾ ਤੂੰ ਕੰਮ ਕਰ ਲਿਆ, ਦੈਟਸ ਆਲ, ਮੇਰਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ। ਉਹਦੇ ਵਿੱਚ ਨੁਕਸਾਨ ਜਿਹੜਾ ਅਲਟੀਮੇਟਲੀ ਬੱਚਿਆਂ ਦਾ, ਕਿਉਂਕਿ ਬੱਚੇ ਹੀ ਟੀਚਰਸ ਨੂੰ ਰਿਸਪੈਕਟ ਨਹੀਂ ਦਿੰਦੇ। ਬੱਚੇ ਜਿਹੜੇ ਨੇ ਉਹ ਟੀਚਰਸ ਨੂੰ ਚਾਹੁੰਦੇ ਹੀ ਨਹੀਂ ਕਿ ਆਪਣਾ ਇਸ ਸਾਨੂੰ ਕੁਛ ਅੱਗੋਂ ਗਾਈਡੈਂਸ ਦੇਵੇ। ਹੁਣ ਅਸੀਂ ਵੀ ਆਪਣੇ ਟੀਚਰਸ ਨੂੰ ਅੱਜ ਤੱਕ ਮਿਲਦੇ ਹਾਂ, ਅਸੀਂ ਪੈਰੀ ਹੱਥ ਲਾ ਕੇ ਮਿਲਦੇ ਹਾਂ, ਬਟ ਅੱਜ ਕੱਲ੍ਹ ਦੇ ਜਿਹੜੇ ਜਨਰੇਸ਼ਨ ਹੈ, ਮੇਰਾ ਨਹੀਂ ਖਿਆਲ ਕਿ ਉਹ ਟੀਚਰਸ ਨੂੰ ਪੈਰੀ ਹੱਥ ਵੀ ਲਾਉਂਦੀ, ਮੇਰਾ ਨਹੀਂ ਖਿਆਲ ਕਿ ਉਹਨਾਂ ਤੋਂ ਵੇਖ ਕੇ ਮੇਰੇ ਹਿਸਾਬ ਨਾਲ ਕਈ ਤੇ ਗਾਲਾਂ ਵੀ ਕੱਢਦੇ ਨੇ। ਮੈਂ ਇਹ ਵੀ ਚੀਜ਼ ਨੋਟਿਸ ਕੀਤੀ ਹੈ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ, ਮਤਲਬ ਉਹਨਾਂ ਟੀਚਰਾਂ ਦੇ ਮੂੰਹ ਉੱਤੇ ਬੈਠੇ ਰਹਿੰਦੇ ਨੇ, ਪਿੱਠ ਪਿੱਛੇ ਉਹਨਾਂ ਦੀ ਬੁਰਾਈਆਂ ਕਰਦੇ ਕਿ ਯਾਰ ਉਹ ਇਦਾਂ ਦਾ ਉਹ ਇਦਾਂ ਦਾ। ਇਹੋ ਹੀ ਇਸ ਗੱਲ ਮੈਂ ਬਾਰੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਬੱਚੇ ਜਿਹੜੇ ਨੇ ਜਿਹੜੇ ਪਿੱਛੇ ਪਿੱਠ ਪਿੱਛੋਂ ਗਾਲਾਂ ਕੱਢਦੇ ਨੇ, ਤੇ ਤੁਹਾਨੂੰ ਕੀ ਖਤਾ ਪਤਾ ਲੱਗਦਾ ਵੀ ਟੀਚਰ ਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ, ਟੀਚਰ ਨੂੰ ਸਭ ਕੁਝ ਪਤਾ ਲੱਗਦਾ, ਸਿਰਫ ਗੱਲ ਆਈ ਕਿ ਟੀਚਰ ਆਪਣੇ ਧਿਆਨ 'ਚ ਮਸਤ ਰਹਿੰਦੇ ਨੇ ਵੀ ਚੱਲ ਮੈਂ ਕੀ ਲੈਣਾ ਹੈ। ਅਸੀਂ ਅਗਰ ਰਸਤਾ ਬੱਚੇ ਦਾ ਸਹੀ ਕਰਨਾ ਚਾਹੁੰਦੇ, ਬੱਚੇ ਨੂੰ ਸੰਸਕਾਰ ਚੰਗੇ ਦਿਓ, ਬੇਸਿਕਲੀ ਮਾਂ ਪਿਓ ਦੇ ਗੱਲ ਮਾਂ ਪਿਓ ਦੇ ਉੱਤੇ ਫਿਰ ਗੱਲ ਆ ਜਾਂਦੀ ਹੈ, ਮਾਂ ਪਿਓ ਦੇ ਸੰਸਕਾਰ ਦੇ ਉੱਤੇ, ਮਾਂ ਪਿਓ ਕੀ ਸੰਸਕਾਰ ਦੇ ਰਹੇ ਨੇ, ਕਿਸ ਤਰ੍ਹਾਂ ਬੱਚੇ ਨੂੰ ਟ੍ਰੀਟ ਕਰ ਰਹੇ ਨੇ। ਦੇਖੋ ਜੀ ਹੁਣ ਅੱਜ ਕੱਲ੍ਹ ਇੱਕ ਚੀਜ਼ ਹੋਰ ਆਪਾਂ ਬੜੀ ਨੋਟਿਸ ਕਰਦੇ ਹਾਂ ਕਿ ਨਿੱਕੇ ਨਿੱਕੇ ਬੱਚੇ ਹੁੰਦੇ ਲੈ ਜ਼ਮੀਨ ਚੋਂ ਨਿਕਲੇ ਨਹੀਂ ਹੁੰਦੇ ਤੇ ਉਹਨਾਂ ਦੇ ਮੂੰਹ ਦੇ ਤੇ ਗਲਾਂ ਹੁੰਦੀਆਂ ਨੇ, ਠੀਕ ਹੈ ਜੀ, ਦੇਖਿਆ ਮੈਂ ਦੇਖਿਆ ਠੀਕ ਹੈ ਨਾ। ਉਹ ਬੱਚਿਆਂ ਨੂੰ ਜਿਹੜੀਆਂ ਬੱਚੇ ਨਿੱਕੇ ਨਿੱਕੇ ਬੱਚੇ ਜਿਹੜੇ ਜ਼ਮੀਨ ਚੋਂ ਨਿਕਲਦੇ ਨਹੀਂ, ਮੂੰਹ ਦੇ ਉੱਤੇ ਗਲਾਂ ਨੇ, ਪਹਿਲੇ ਉਹ ਗਾਲਾਂ ਕਿਹਨੂੰ ਕੱਢ ਕੇ ਦਿਖਾਉਂਦੇ ਨੇ? ਆਪਣੇ ਘਰਦਿਆਂ ਨੂੰ। ਜੇ ਉਸ ਵਕਤ ਮਾਂ ਨੇ ਜਾਂ ਪਿਓ ਨੇ ਚਪੇੜ ਮਾਰੀ ਹੋਵੇ ਤੇ ਫਿਰ ਗਾਲ ਨਿਕਲੇਗੀ ਬੱਚੇ ਦੇ ਮੂੰਹ ਚੋਂ? ਕਦੇ ਵੀ ਨਹੀਂ ਨਿਕਲੇਗੀ। ਉਦੋਂ ਅਸੀਂ ਚਟਕਾਰੇ ਲੱਗ ਲੈ, ਆ ਵੇਖੇ ਕਿੰਨੀ ਸੋਹਣੀ ਗਾਲ ਕੱਢਦੇ, ਉਦੋਂ ਅਸੀਂ ਇਹ ਚੀਜ਼ ਦੇਖਦੇ ਹਾਂ, ਹੱਸਦੇ ਸਾਰੇ ਅਸੀਂ ਹੱਸਦੇ ਸਾਰੇ ਹੱਸਦੇ, ਸਾਰਾ ਪਰਿਵਾਰ ਰਲ ਕੇ ਹੱਸਦਾ। ਤੇ ਜਦੋਂ ਉਹ ਚੀਜ਼ ਗੁਆਂਢੀਆਂ ਨਾਲ ਗਾਲ ਕੱਢਦਾ, ਛਿਤਰੋ ਛਿਤਰੀ ਹੁੰਦੀ ਹੈ, ਫਿਰ ਥਾਣੇ ਪਹੁੰਚਦੇ ਆ, ਫਿਰ ਗੱਲਾਂ ਕਈ ਵੱਧਦੀਆਂ ਵੀ ਨੇ, ਫਿਰ ਉਹ ਬੱਚੇ ਦੀ ਜਦੋਂ ਬੇਇੱਜ਼ਤੀ ਹੁੰਦੀ ਹੈ ਤੇ ਉਹ ਉਦੋਂ ਫਿਰ ਅਸੀਂ ਕਹਿੰਦੇ ਗੱਲਾਂ, ਕਾਸ਼ ਉਹਦਾ ਰੋਕ ਲਿਆ ਉਹ ਹੁੰਦਾ, ਤਾਂ ਪਹਿਲਾਂ ਰੋਕ ਲਿਆ ਹੁੰਦਾ, ਉਹ ਹੱਥੋਂ ਚੀਜ਼ ਨਿਕਲ ਉਦੋਂ ਜਾਂਦੀ ਉਦੋਂ ਹੱਥੋਂ ਸਾਡੀ ਟਾਈਮ ਨਿਕਲ ਟਾਈਮ ਨਿਕਲ ਜਾਂਦਾ। ਠੀਕ ਹੈ ਬਾਬਾ ਜੀ, ਵਧੀਆ ਲੱਗਾ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।